ਜੇ ਕਿਸੇ ਵੀਰ ਦੇ ਭਰਾਵੋ ਹੱਡਾਂ ਨੂੰ ਗੋਡਿਆਂ ਨੂੰ ਜਾਂ ਟੂਹੀ ਨੂੰ ਜਾਂ ਦਰਦ ਰਹਿੰਦਾ ਹੋਵੇ ਜਾਂ ਸੋਜ ਰਹਿੰਦੀ ਹੋਵੇ ਜਾਂ ਕਿਸੇ ਨੂੰ ਸਾਹ ਦੀ ਬਿਮਾਰੀ ਹੋਵੇ ਜਾਂ ਕਿਸੇ ਦੀਆਂ ਨਾੜਾਂ ਬਲੌਕ ਹੁੰਦੀਆਂ ਹੋਣ ਤਾਂ ਦਰਖਤ ਹੈ ਪ੍ਰਭੂ ਮਰਿੰਗਾ ਦਾ 30 ਤੋਂ 35 ਬਿਮਾਰੀਆਂ ਦਾ ਹੈ ਲਾਜ ਕਰ ਦਿੰਦਾ ਹੈਗਾ ਇਹਦੇ ਪੱਤਿਆਂ ਦਾ ਪਾਊਡਰ ਬਣਾ ਕੇ ਤੁਸੀਂ ਲੈ ਸਕਦੇ ਹੋ ਤੁਸੀਂ ਨੈਟ ਤੇ ਵੀ ਇਹਨੂੰ ਸਰਚ ਕਰ ਸਕਦੇ ਹੋ